ਸੋ ਦੋਸਤੋ, ਅੱਜ 1 ਮਿੰਟ ਟਿਪ ਦੇ ਵਿੱਚ ਮੈਂ ਤੁਹਾਨੂੰ ਇਹੀ ਦੱਸਾਂਗੀ ਕਿ ਜਦੋਂ ਵੀ ਅਸੀਂ ਕਿਤੇ ਬਾਹਰ ਜਾਈਦਾ ਤੇ ਕਈ ਵਾਰੀ ਸਾਡੇ ਸ਼ੂਜ਼, ਸਾਡੀਆਂ ਜੁੱਤੀਆਂ, ਸਾਡੀਆਂ ਬੈਲੀਸ ਜਿਹੜੀਆਂ ਹੁੰਦੀਆਂ ਨੇ ਉਹ ਸਾਨੂੰ ਤੰਗ ਕਰਨ ਲੱਗ ਪੈਂਦੀਆਂ ਨੇ, ਯਾਨੀ ਕਿ ਪੈਰ ਦੇ ਉੱਪਰ ਲੱਗਦੀਆਂ ਨੇ ਤੇ ਕਈ ਵਾਰ ਛਾਲੇ ਵੀ ਪੈ ਜਾਂਦੇ ਨੇ। ਸੋ ਬਿਹਤਰੀ ਇਸੇ ਦੇ ਵਿੱਚ ਹੈ ਕਿ ਪਹਿਲਾਂ ਹੀ ਉਸ ਜਗ੍ਹਾ ਦੇ ਉੱਪਰ ਬੈਂਡੇਡ ਲਗਾ ਲਓ, ਨਹੀਂ ਲਾਉਣੀ ਤੇ ਫਿਰ ਸੈਲੋ ਟੇਪ ਦਾ ਵੀ ਯੂਜ਼ ਕਰ ਸਕਦੇ ਹਾਂ ਜੇ ਬੈਂਡੇਡ ਕੋਲ ਨਹੀਂ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸ਼ੂਜ਼, ਯਾਨੀ ਕਿ ਜਿਹੜੇ ਤੁਹਾਡੇ ਫੁੱਟਵੇਅਰ ਨੇ, ਉਹ ਤੁਹਾਨੂੰ ਤੰਗ ਨਹੀਂ ਕਰਨਗੇ। ਆਈਡੀਆ ਵਧੀਆ ਲੱਗਾ ਹੋਵੇ ਤੇ ਫਟਾਫਟ ਸੇਂਟ ਸੋਲਜਰ ਟਾਈਮਜ਼ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ।